ਏ ਕੁੜੀਓ ਤੇ ਭਰਾਓ, ਗੁੱਡ ਮਾਰਨਿੰਗ ਸਾਰਿਆਂ ਨੂੰ। ਬਲੌਗ ਕਰਦੇ ਹਾਂ ਸਟਾਰਟ, ਮਿਲਦੇ ਆ ਤੁਹਾਨੂੰ ਕੰਮ ਤੇ ਜਾ ਕੇ। ਵੀਰੇ 6:30 ਵਜੇ ਮੈਕਸੀਕੋ ਵਾਲੇ ਜੰਗਲਾਂ 'ਚ ਹੁੰਦਾ ਖਤਰਾ, ਤਾਂ ਕਰਕੇ ਆਪਾਂ ਮੇਨ ਰੋਡ ਤੋਂ ਆਈਦਾ। ਤੇ ਕਹਿੰਦੇ ਟੈਂਪਰੇਚਰ ਮਾਈਨਸ 'ਚ ਹੋਇਆ ਵਾ, ਅੱਜ ਵੀ ਆਪਾਂ ਅੱਧਾ ਘੰਟਾ ਛੇਤੀ ਪਹੁੰਚ ਚੁੱਕੇ ਹਾਂ ਕੰਮ ਤੇ। ਹੁਣ ਘਰੇ ਫੋਨ ਲਾਵਾਂਗੇ, ਇੰਡੀਆ ਗੱਲਬਾਤ ਕਰਾਂਗੇ, ਉਹ ਤੋਂ ਬਾਅਦ ਜਾਵਾਂਗੇ ਸ਼ਿਫਟ ਤੇ। ਤੇ ਮਾਰਨਿੰਗ 'ਚ ਆਪਣੇ ਆ ਜਿਹੜਾ ਸਮਾਨ ਹੁੰਦਾ, ਬ੍ਰੈਡ ਬਰੂਡ ਤੇ ਫਰਾਈਜ਼ ਫਰੂਈਜ਼ ਆਉਂਦੇ ਨੇ, ਸਾਰਾ ਫਰੀਜ਼ ਹੋਇਆ ਵਾ ਸਮਾਨ, ਉਹ ਆਇਆ ਸੀ ਉਹ ਸਟੋਰ ਕਰਤਾ ਤੇ ਗਾਰਵੇ ਸਿੱਟਣ ਚੱਲੇ ਆ ਹੁਣ ਨਾਲ ਦੀ ਨਾਲ, ਕਿਉਂਕਿ ਇੰਨਾ ਬਿਜ਼ੀ ਨਹੀਂ ਹੈਗਾ। ਤੇ ਵੀਰ ਭਰਾ ਆਪਣੇ ਕਮੈਂਟ ਕਰਦੇ ਆ ਵੀ ਤੂੰ ਲੌਂਗ ਵੀਡੀਓ ਕਿਉਂ ਨਹੀਂ ਬਣਾਉਂਦਾ, ਪਰ ਆਪਣੇ ਕੋਲ ਟਾਈਮ ਹੈਗਾ ਨਹੀਂ ਹਲੇ, ਕਿਉਂਕਿ ਕੰਮ ਤੋਂ ਘਰ ਤੇ ਘਰ ਤੋਂ ਸਿਰਫ ਕੋਲੇ ਜਾਂਦੇ ਆ, ਤਾਂ ਉਹਦੇ ਜਾਂ ਕੋਈ ਸ਼ੋਅ ਕਰਨ ਵਾਲਾ ਹੁੰਦਾ ਨਹੀਂ, ਇਸ ਕਰਕੇ ਮਿੰਨੀ ਵਲੌਗਸ ਬਣਾਈਦੇ ਆ ਹਲੇ। ਤੇ ਫਿਊਚਰ 'ਚ ਅਗਰ ਸਾਨੂੰ ਟਾਈਮ ਤੇ ਸਾਡੇ ਕੋਲ ਕੰਟੈਂਟ ਵੀ ਵਧੀਆ ਹੋਊਗਾ, ਉਸ ਟਾਈਮ ਆਪਾਂ ਲੌਂਗ ਵੀਡੀਓ ਸ਼ੂਟ ਕਰਨਗੇ, ਤੇ ਕਰਨੇ ਹੈਗੇ ਹੀ ਆ ਲੌਂਗ ਵੀਡੀਓ ਦੇ ਸ਼ੂਟ ਵੀ। ਜਿਵੇਂ ਜਿਵੇਂ ਵਧੀਆ ਹੁੰਦਾ ਰਹੂਗਾ ਚੈਨਲ ਆਪਣਾ ਗਰੋ ਕਰੂੰਗਾ, ਆਪਾਂ ਨਵੀਂ ਨਵੀਂ ਵੀਡੀਓ ਤੁਹਾਡੇ ਲਈ ਲਿਆਉਂਦੇ ਰਹਾਂਗੇ। ਅੱਜ ਆਪਾਂ ਜੈਕਟ ਪਾ ਕੇ ਆਏ ਸੀ ਸਿੱਟਣ ਲਈ ਘਰ ਵਿੱਚ, ਕਿਉਂਕਿ ਠੰਡ ਹੋਰ ਕੀ ਹੈ ਜ਼ਿਆਦਾ, ਅਤੇ ਠੰਡ ਨਾਲ ਮਖੌਲ ਨਹੀਂ। ਅਤੇ ਕਿਸੇ ਨੇ ਆਪਣਾ ਛੋਟਾ ਜਿਹਾ ਘਰ ਬਣਾਇਆ ਇੱਥੇ, ਜਿਹੜੀ ਕੰਪਨੀ ਹੈਗੀ ਆ ਉਹਨਾਂ ਵੱਲੋਂ ਬਣਾਇਆ ਹੋਣਾ ਇਹ, ਕਿਉਂਕਿ ਐਵੇਂ ਨਹੀਂ ਬਣਾ ਸਕਦਾ ਹੋਰ ਕੋਈ। ਜੇ ਕੋਈ ਇੱਥੇ ਐਸ਼ ਕਰਨ ਲਈ ਆਉਂਦਾ ਹੈ ਤਾਂ ਪਹਿਲਾਂ 2 ਸਾਲ ਤਾਂ ਮੌਸਮ ਦੇਖ ਕੇ ਖੁਸ਼ ਹੋ ਜਾਇਆ ਕਰੋ, ਕਿਉਂਕਿ 2 ਸਾਲ ਜਦੋਂ ਤੱਕ ਸਟੱਡੀ ਪਰਮਿਟ 'ਤੇ ਉਹ ਐਸ਼ ਯੂਜ਼ ਕਰਨੀ ਨਹੀਂ ਮਿਲਣੀ, ਵਰਕ 'ਤੇ ਜਦੋਂ ਆਉਂਗੇ ਉਸ ਟਾਈਮ ਹੋ ਸਕਦਾ ਹੈ ਕੁਝ। ਅਤੇ ਅੱਜ ਦੀ ਉਮੀਦ ਇਹੀ ਆ, ਸ਼ਾਇਦ ਆਪਾਂ ਨੂੰ ਬ੍ਰੇਕ ਵੀ ਛੇਤੀ ਮਿਲ ਜੂ ਅਤੇ ਫਿਰ ਛੁੱਟੀ ਵੀ ਛੇਤੀ ਹੋ ਜੂ। ਜੇ ਬਿਜ਼ੀ ਨਾ ਹੋਇਆ ਤਾਂ ਤੁਸੀਂ ਦੁਆ ਕਰੋ ਵੀ ਬਿਜ਼ੀ ਹੋਵੇ, ਆਪਣੇ ਘੰਟੇ ਦਾ ਪੂਰੇ ਹੋ ਜਾਵੇ ਵੀ। ਅਤੇ ਕਹਿੰਦੇ ਛੁੱਟੀ ਤਾਂ ਆਪਣੇ ਟਾਈਮ ਸਿਰ ਹੋ ਗਈ ਆ, ਪਰ ਅੱਜ ਆਪਾਂ ਸ਼ਾਇਦ ਲੇਟ ਹੋ ਜਾਵਾਂਗੇ ਥੋੜ੍ਹਾ ਜਿਹਾ, ਕਿਉਂਕਿ ਅੱਜ ਕੰਮ 'ਤੇ ਇੱਕ ਦੀਦੀ ਦਾ ਆਪਣੀ ਦਾ ਜਾਵੇਦ ਦਾ ਹੈਗਾ ਬਰਥਡੇ, ਉਹਦੇ ਲਈ ਕੇਕ ਲੈਣਾ ਅੱਜ ਆਪਾਂ। ਵੈਸੇ ਤਾਂ ਆਪਾਂ ਸ਼ਾਮੀ ਜਾਣਾ ਸੀ ਕੇਕ ਲੈਣ, ਕੇਕ ਲੈ ਕੇ ਸ਼ਾਮੀ ਉਹਨਾਂ ਦੇ ਘਰ ਜਾਣਾ ਸੀ, ਪਰ ਸ਼ਾਮੀ ਆਪਣੀ ਹੈਗੀ ਆ ਕਲਾਸ, ਇਸ ਕਰਕੇ ਹੁਣੇ ਕੇਕ ਲੈ ਲਾਂਗੇ ਉਹਨਾਂ ਦਾ, ਅਤੇ ਦੇਖਦੇ ਹਾਂ ਇੱਥੋਂ ਸ਼ਾਇਦ ਮਿਲ ਜੂਗਾ, ਥੋੜ੍ਹਾ ਜਿਹਾ ਦੂਰ ਤਾਂ ਆਏ ਹਾਂ ਕੰਮ ਤੋਂ, ਇੱਥੇ ਕੇਕ ਬਾਏ ਕਰਕੇ ਅਤੇ ਫਿਰ ਕੇਕ ਕਟਾ ਕੇ ਫਿਰ ਚੱਲਾਂਗੇ ਘਰ। ਸਟੋਰ ਤਾਂ ਵੱਡਾ ਜਿਹਾ ਹੀ ਆਏ, ਇੱਥੇ ਕੇਕ ਕੂਕ ਤਾਂ ਪਤਾ ਨਹੀਂ ਮਿਲੂਗਾ ਕਿ ਨਹੀਂ, ਕਿਸੇ ਤੋਂ ਪੁੱਛ ਲੈਂਦੇ ਹਾਂ ਫਿਰ ਜਾਂਦੇ ਹਾਂ। ਆਪਾਂ ਨੂੰ ਉਮੀਦ ਸੀ ਵੀ ਇੱਥੇ ਕੇਕ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਮਿਲਣਾ, ਪਰ ਜਿੰਨੀ ਵੱਡੀ ਇੱਥੇ ਲਾਈਨ ਲੱਗੀ ਹੋਈ ਆ, ਜਿੰਨੇ ਮਰਜ਼ੀ ਆਪਾਂ ਕੇਕ ਇੱਥੋਂ ਬਾਏ ਕਰ ਲਈਏ, ਪਰ ਆਪਾਂ ਨੂੰ ਇੱਕ ਹੀ ਕੇਕ ਚਾਹੀਦਾ ਜਿਹੜਾ ਕਿ ਆਪਾਂ ਦੀਦੀ ਲਈ ਬਾਏ ਕਰਾਂਗੇ ਆਪਣੀ ਲਈ। ਅਜੇ ਕਨਫਿਊਜ਼ ਹੋ ਗਏ ਸੀ ਇੰਨੇ ਕੇਕ ਦੇਖ ਕੇ, ਪਰ ਫਾਈਨਲੀ ਆਪਾਂ ਬਾਏ ਕਰ ਲਿਆ ਉਹਨਾਂ ਲਈ ਇੱਕ ਕੇਕ। ਅਤੇ ਕਹਿੰਦੇ ਭੈਣ ਵਾਸਤੇ ਆਪਾਂ ਕੇਕ ਲੈ ਲਿਆ ਏ, ਹੁਣ ਜਾ ਕੇ ਦੇਖਦੇ ਹਾਂ ਸ਼ਾਇਦ ਆਪਾਂ ਛੇਤੀ ਲੰਘ ਜਾਈਏ ਇੱਥੋਂ, ਕਿਉਂਕਿ 3 ਵਜੇ ਤੱਕ ਇਹਨਾਂ ਨੇ ਕੇਕ ਕੱਟਣਾ ਹੈ ਅਤੇ ਆਪਾਂ ਲੇਟ ਹੋ ਜਾਵਾਂਗੇ ਫਿਰ। ਜੇ ਗੱਲ ਬਣਦੀ ਆ ਤਾਂ ਰੁਕ ਜਾਵਾਂਗੇ, ਨਹੀਂ ਤਾਂ ਆਪਾਂ ਚੱਲ ਜਾਵਾਂਗੇ। ਜੇ ਆਪਾਂ ਕੇਕ ਕਟਾ ਕੇ ਆਉਂਦੇ ਤਾਂ ਲੇਟ ਹੋ ਜਾਣਾ ਸੀ, ਤਾਂ ਕਰਕੇ ਆਪਾਂ ਉੱਧਰ ਹੀ ਕੇਕ ਦੇਤਾ ਸੀ ਆਪਣੇ ਦੂਜੇ ਕੁੱਕ ਨੂੰ, ਉਹਨੇ ਕਟਾ ਦਿੱਤਾ ਹੋਣਾ ਹਲੇ ਤੱਕ, ਅਤੇ ਆਪਾਂ ਚੱਲੇ ਕੋਲੇ। ਬਾਅਦ ਤੋਂ ਆਪਾਂ ਵਲੋਗ ਬਣਾਏ ਸੀ, ਪਰ ਇਹ ਸਮਝ ਨਹੀਂ ਆਇਆ ਵੀ ਕਾਹਤੋਂ ਫੋਨ ਦੇ ਵਿੱਚ ਕੈਪਚਰ ਨਹੀਂ ਹੋਏ ਆ, ਇਹਦੇ ਲਈ ਆਪਾਂ ਮਾਫ਼ੀ ਚਾਹੁੰਦੇ ਹਾਂ। ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ। ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ। ਥੈਂਕ ਯੂ।